ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਕੇਂਦਰ ਦੀ ਸਰਕਾਰ ਔਰ ਹਰਿਆਣੇ ਦੀ ਸਰਕਾਰ ਵਤੀਰਾ ਕਰ ਰਹੀ ਹੈ। ਇੰਝ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਪਾਕਿਸਤਾਨ ਤੋਂ ਵੀ ਬਗਾਨੇ ਹੋ ਗਏ। ਔਰ ਅੱਜ ਮੈਂ ਪ੍ਰਿਤਪਾਲ ਨੂੰ ਮਿਲ ਕੇ ਆਇਆ ਔਰ ਜਿਸ ਪ੍ਰਕਾਰ ਦੇ ਉਹਦੇ ਹਾਲਾਤ ਨੇ, ਗਲੇ ਚ ਰੱਸਾ ਪਾ ਕੇ ਖਿੱਚਿਆ ਗਿਆ, ਬੋਲ ਨਹੀਂ ਸਕਦਾ, ਮੂੰਹ ਚ ਪਲੇਟਸ ਪਾਈਆਂ, ਓਪਰੇਟ ਹੋਇਆ, ਸਿਰ ਤੇ ਟਾਂਕੇ ਆ, ਲੱਤਾਂ ਟੁੱਟੀਆਂ ਤੇ ਕਿੱਥੇ ਕਿੱਥੇ ਮੈਂ ਦੱਸਾਂ ਕਿ ਕੋਈ ਐਸਾ ਸਰੀਰ ਦਾ ਅੰਗ ਨਹੀਂ ਹੈ ਜਿਹੜਾ ਪੁਲਿਸ ਨੇ ਹਰਿਆਣਾ ਦੀ ਨੇ ਕੁੱਟਿਆ ਨਹੀਂ। ਪਰ ਤੁਹਾਡੇ ਪਿਆਰ ਦੇ ਸਦਕਾ, ਤੁਹਾਡੇ ਸਾਰਿਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ, ਪ੍ਰਿਤਪਾਲ PGI ਚ ਜ਼ੇਰੇ ਇਲਾਜ ਹੈ ਤੇ ਅੱਜ ਉਹਦੇ ਮਾਤਾ ਪਿਤਾ ਵੀ ਕਿਤੇ ਨਾ ਕਿਤੇ ਸੰਤੁਸ਼ਟੀ ਹੈ ਕਿ ਸਾਡਾ ਪੁੱਤ ਚਲੋ ਜਿਉਂਦਾ ਜਾਗਦਾ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿਸ ਪ੍ਰਕਾਰ ਦੀਆਂ, ਜਿੱਥੇ ਲੋਕਤੰਤਰ ਦੀਆਂ ਗੱਲਾਂ ਹੁੰਦੀਆਂ, ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਹਿਊਮਨ ਵੈਲਿਊਜ਼ ਹੈ, ਹਿਊਮਨ ਰਾਈਟਸ ਦੀ ਜਿਹੜੀ ਆ ਉਲੰਘਣਾ ਹੋ ਰਹੀ ਹੈ, ਜਿੱਥੇ ਕਿ 21ਵੀਂ ਸਦੀ 'ਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ, ਮੀਡੀਆ ਹੈ, ਤਮਾਮ ਲੋਕ ਨੇ। ਔਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਰਜ਼ਮੀਨ ਤੇ ਵੀ ਅਸੀਂ ਆਪਦੀ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਇਹ ਇਸ ਤਰ੍ਹਾਂ ਦਾ ਸਾਡੇ ਹਾਲਾਤ ਬਣਾਤੇ, ਕਿਉਂਕਿ ਅਸੀਂ ਤਾਂ ਹਜੇ ਪੰਜਾਬ ਦੀਆਂ ਬਰੂਹਾਂ ਤੇ ਬੈਠੇ ਹਾਂ ਔਰ ਦਿੱਲੀ ਦੇ ਜ਼ਾਲਮ ਔਰ ਹਰਿਆਣਾ ਦੀ ਸਰਕਾਰ, ਇਹ ਉਹਨੂੰ ਇਹ ਬਰਦਾਸ਼ਤ ਵੀ ਨਹੀਂ ਹੈ। ਪਰ ਸਾਨੂੰ ਆਪਣੇ ਹੀ ਪੰਜਾਬ ਦੇ ਵਿੱਚ ਆਪਣਿਆਂ ਨੇ ਵੀ ਬਗਾਨਾ ਕਰ ਦਿੱਤਾ, ਜਾਣੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਜਾਣੀ ਕਿ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਹੋਰਾਂ ਨੇ ਚੀਕਾਂ ਮਾਰ ਮਾਰ ਕੇ ਅਸੀਂ ਕਹਿਤਾ ਕਿ ਪਰਚਾ ਦਿਓ, ਸ਼ੁਭਕਰਨ ਮਰ ਗਿਆ, ਪ੍ਰਿਤਪਾਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਾਤੇ, ਹਜ਼ਾਰ ਕਈ ਸੈਂਕੜੇ ਲੋਕਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ, ਰਬੜ ਬੁਲੇਟਸ ਮਾਰੇ ਗਏ, ਟਰੈਕਟਰ ਤੋੜ ਦਿੱਤੇ ਗਏ, ਕਾਰਾਂ ਭੰਨ ਦਿੱਤੀਆਂ ਗਈਆਂ, ਲੇਕਿਨ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ, ਕਿਉਂਕਿ ਸਰਕਾਰ ਜ਼ਾਲਮ ਬੜੀ ਹੈ, ਜਾਬਰ ਬੜੇ ਨੇ, ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਆਪਣੇ ਕੰਟਰੋਲ ਚ, ਜਾਣੀ ਕਿ ਪੰਜਾਬ ਦੀ ਸਰਕਾਰ ਨੂੰ ਵੀ ਆਪਣੇ ਕੰਟਰੋਲ ਚ ਭਾਜਪਾ ਨੇ ਕਰ ਰੱਖਿਆ। ਸੋ ਇਹ ਹਾਲਾਤ ਬਣ ਗਏ ਨੇ। ਸੋ ਮੈਂ ਕਿਸਾਨ ਜਥੇਬੰਦੀਆਂ ਦਾ ਮੈਂ ਸਮਝਦਾ ਕਿ ਜਿਹੜੀ ਲੜਾਈ ਲੜ ਰਹੀ ਹੈ, ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹੋਇਆ, ਨਾਲ ਹੀ ਨਾਲ ਜਿਹੜੀਆਂ ਬਾਰਡਰ ਤੇ ਬੈਠੇ ਨੇ ਕਿਸਾਨ ਜਥੇਬੰਦੀਆਂ ਔਰ ਸੰਯੁਕਤ ਮੋਰਚੇ ਨੇ, ਜਿਵੇਂ ਕੱਲ ਆਪਾਂ ਸਾਰਿਆਂ ਨੇ ਟਰੈਕਟਰ ਦਿੱਲੀ ਵੱਲ ਨੂੰ ਮੂੰਹ ਕਰਕੇ ਲਾ ਕੇ ਸੰਯੁਕਤ ਮੋਰਚੇ ਦਾ ਸਾਥ ਦਿੱਤਾ, ਪਹਿਲਾਂ ਕਾਲੇ ਝੰਡਿਆਂ ਦਾ ਉਹਨਾਂ ਨੇ ਆਦੇਸ਼ ਦਿੱਤਾ ਸੀ, ਉਹ ਵੀ ਆਪਾਂ ਲਾਏ ਔਰ ਅੱਗੇ ਉਹਨਾਂ ਨੇ ਹਰ ਡੇਟ ਵਾਈਜ਼ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੋਇਆ ਸੰਯੁਕਤ ਮੋਰਚੇ ਨੇ, ਜਾਣੀ ਕਿ ਕਿਸਾਨ ਜਥੇਬੰਦੀਆਂ ਨੇ, ਆਪਾਂ ਸਾਰਿਆਂ ਨੇ ਜਿੰਨੇ ਵੀ ਕਾਂਗਰਸੀ ਭਰਾ ਜਾਂ ਹੋਰ ਪੰਜਾਬ ਦੇ ਲੋਕ ਹੈ, ਉਹਦਾ ਸਮਰਥਨ ਕਰਨਾ, ਉਹਨਾਂ ਦੇ ਦਿੱਤੇ ਪ੍ਰੋਗਰਾਮ ਦਾ ਸਾਥ ਦੇਣਾ। ਔਰ ਨਾਲ ਹੀ ਨਾਲ ਕੱਲ ਨੂੰ ਜਿਸ ਤਰ੍ਹਾਂ ਸੰਗਰੂਰ ਧਰਨਾ ਲਾਇਆ ਗਿਆ, ਪਹਿਲਾਂ ਆਪਾਂ ਮਿਲ ਕੇ ਆਏ ਚੀਫ ਸੈਕਟਰੀ ਸਾਹਿਬ ਨੂੰ, ਆਪਾਂ ਸਾਰੇ ਪੰਜਾਬ ਚ ਕੈਂਡਲ ਮਾਰਚ ਕੀਤੇ ਔਰ ਆਪਾਂ ਕੰਪਲੇਂਟ ਦਿੱਤੀ ਹੈ ਜਿਹੜੀ ਫਾਈਲ ਕੀਤੀ ਹੈ ਸੰਗਰੂਰ SSP ਨੂੰ, ਫਿਰ ਰਾਹੁਲ ਜੀ ਪਹਿਲੇ ਦਿਨ ਜਿਸ ਦਿਨ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ, ਤੇ ਹੁਣ ਆਪਾਂ ਕਿਸਾਨੀ ਬਚਾਓ ਮਾਰਚ, ਟਰੈਕਟਰ ਮਾਰਚ ਪੰਜਾਬ ਦੇ ਹਰ ਵਿਧਾਨ ਸਭਾ ਚ
ਜਿਹੜੀਆਂ ਵਿਧਾਨ ਸਭਾ ਨੇ ਉਹਨਾਂ ਦੇ ਵਿੱਚ ਸ਼ਹਿਰਾਂ ਚ ਨਾ ਜਾਂਦੇ ਹੋਏ ਪਿੰਡਾਂ ਦੇ ਵਿੱਚ ਜਿਹੜੇ ਰੂਰਲ ਸਾਡੀਆਂ ਸਾਡੇ ਹਲਕੇ ਨੇ ਸਾਰੇ ਔਰ ਸਾਰੇ ਪੰਜਾਬ ਚ ਚਾਹੇ ਉਹ ਅਰਬਨ ਹੈ ਏਰੀਆਜ਼ ਵਾਲੇ ਹੈ ਚਾਹੇ ਦੂਜੇ ਹੈ ਸਭ ਨੇ ਇਹਦੇ ਵਿੱਚ ਹਿੱਸਾ ਲੈਣਾ ਲੇਕਿਨ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਵੀ ਨਾ ਆਵੇ ਟ੍ਰੈਫਿਕ ਦੀ ਜਾਂ ਆਮ ਲੋਕਾਂ ਨੂੰ ਜਨਤਾ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਆਉਣ ਦੇਣੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨੀ ਬਚਾਓ ਜਿਹੜਾ ਇਹ ਮਾਰਚ ਹੈ ਸਮੁੱਚੇ ਪੰਜਾਬ ਭਰ ਦੇ ਵਿੱਚ ਤੁਸੀਂ ਕੱਢਣਾ ਝੰਡੇ ਲਾ ਕੇ ਰੋਸ ਪ੍ਰਗਟ ਕਰਨਾ ਔਰ ਮੈਂ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਇਸ ਮਾਰਚ ਦੇ ਵਿੱਚ ਕਰਾਂਗਾ ਸੋ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੋਰ ਕੰਮਕਾਰ ਹੋਏਗਾ ਜਾਂ ਕਿਸ ਪ੍ਰਕਾਰ ਆਪਾਂ ਲੜਾਈ ਲੜਨੀ ਹੈ ਉਹਦੇ ਬਾਰੇ ਵੀ ਜਾਣੂ ਕਰਾਉਂਦੇ ਰਹਾਂਗੇ ਔਰ ਮੈਂ ਆਸ ਕਰਦਾ ਕਿ ਹਰ ਪੰਜਾਬੀ ਜਿਹੜਾ ਪੰਜਾਬ ਦੀ ਸਰਜਮੀ ਤੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਚਾਹੇ ਉਹ ਕਿਸੇ ਕਿੱਤੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਅਗਰ ਕਿਸਾਨ ਹੈ ਤਾਂ ਆਪਾਂ ਹੈ ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਕਿੱਤੇ ਖਤਮ ਹੋ ਜਾਣਗੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਸੋ ਤਕੜੇ ਹੋ ਕੇ ਅਸੀਂ ਇਹ ਜਾਬਰ ਸਰਕਾਰ ਦਾ ਬੀਜੇਪੀ ਦਾ ਇਹਦਾ ਤਕੜੇ ਹੋ ਕੇ ਸਾਰਿਆਂ ਨੇ ਸਾਹਮਣਾ ਕਰਨਾ ਔਰ ਲੜਾਈ ਲੜਨੀ ਹੈ।